ਜਿਹੜੀਆਂ ਸਟੇਟਸ ਉਹਨਾਂ ਨੂੰ ਕਰਤਾ ਬੇਸਿਕਲੀ ਜਿਹੜਾ ਮਰਨ ਵਾਲਾ ਹੈਗਾ ਇਹ ਜੇ ਐਂਡ ਕੇ ਦਾ ਰਹਿਣ ਵਾਲਾ ਉਹਦੇ ਨਾਲ ਵੀ ਜਿਹੜਾ ਇੱਕ ਤਿੰਨ ਜਣੇ ਸੀਗੇ ਬੇਸਿਕਲੀ ਇੱਥੋਂ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਓਕੇ ਲੱਗਦਾ ਇਹ ਹੈ ਕਿ ਇਹ ਆਪਸ ਦੀ ਕੋਈ ਗੈਂਗ ਰਿਵੈਲਰੀ ਸੀਗੀ ਠੀਕ ਹੈ ਸੋ ਉਹਦੀ ਪੁੱਛਗਿੱਛ ਫੋਨ ਕਰ ਰਹੇ ਹਾਂ ਜਿਹੜਾ ਬੰਦਾ ਨਾਲ ਸੀ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਨਹੀਂ ਇਹ ਜੇ ਐਂਡ ਕੇ ਦੇ ਮੋਸਟਲੀ ਨੇ ਗੱਡੀਆਂ ਵੀ ਜੰਮੂ ਕਸ਼ਮੀਰ ਕਿਉਂਕਿ ਜੰਮੂ ਕਸ਼ਮੀਰ ਦੀਆਂ ਔਰ ਇਹਨਾਂ ਦੀ ਜਿਹੜਾ ਫੜਿਆ ਗਿਆ ਹੈਗਾ ਇੱਕ ਬੰਦਾ ਉਹਦੀ ਪੁੱਛਗਿੱਛ ਕਰਦੇ ਹਾਂ ਉਹਦੇ ਖਿਲਾਫ ਵੀ 8 ਮੁਕਦਮੇ ਨੇ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਸੋ ਉਹਦੇ ਖਿਲਾਫ ਵੀ 8 ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾਰ ਟਾਈਪ ਸੀਗੀ ਔਰ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਹੁਣ ਉਹ ਜਿਹੜਾ ਉਹਦੇ ਤੋਂ ਪੁੱਛਗਿੱਛ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੀਆਂ ਸਟੇਟਸ ਨੇਬਰਿੰਗ ਸਟੇਟਸ ਹੈ ਜੇ ਐਂਡ ਕੇ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਫੋਰਮ ਕਰਤਾ ਔਰ ਇੱਕ ਜਿਹੜੀ ਗੱਡੀ ਦੇ ਆਏ ਸੀ ਉਹ ਅਸੀਂ ਕਬਜ਼ੇ 'ਚ ਲੈ ਲਈ ਹੈ ਮੋਬਾਈਲਸ ਵਗੈਰਾ ਇਹਨਾਂ ਦਾ ਦੇਖ ਲਿਆ ਉਹ ਸੋ ਰਹੇ ਟੈਕਨੀਕਲ ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਸਾਰੀ ਇਨਫੋਰਮੇਸ਼ਨ ਮਿਲ ਜਾਏ ਸਰ ਦੋ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕਾਰਪੀਓ ਜੇ ਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਈ ਗੱਡੀ ਤੁਸੀਂ ਕਿਆ ਕਬਜ਼ੇ 'ਚ ਲੈ ਲਈ ਨਹੀਂ ਇਹ ਥਰਡ ਗੱਡੀ ਹੈ ਜਿਹੜੀ ਕਿ ਜਿਹਦੇ ਵਿੱਚ ਇਹ ਆਏ ਸੀ ਓਕੇ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜਾ ਇੱਕ ਭੱਜ ਗਿਆ ਸੀਗਾ ਦੂਜੇ ਨੂੰ ਅਸੀਂ ਫੜ ਲਿਆ ਠੀਕ ਹੈ ਸੋ ਉਹਦੀ ਪੁੱਛਗਿੱਛ ਤੋਂ ਸਾਰੀਆਂ ਜਿਹੜੀਆਂ ਮੈਨੂੰ ਲੱਗਿਆ ਕਿ ਉੱਥੇ ਕੋਈ ਪਹਿਲਾਂ ਹੁਣੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਭੱਜਿਆ ਹੋਣਾ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਹੁਣ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਹਨਾਂ ਦੀ ਗੱਡੀ ਨੂੰ ਕੁਝ ਮਿਲਿਆ ਜੀ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਚੋਂ ਜਸਕਲ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਇਹ ਰਾਈਵਲਰੀ ਕੋਈ ਦੁਸ਼ਮਣੀ ਆਪਸ ਦੀ ਗੈਂਗਵਾਰ ਹੈ ਕੀ ਹੈ ਦੇਖੋ ਜੀ ਇਹ ਹੁਣ ਕਿਉਂਕਿ ਤੁਹਾਨੂੰ ਪ੍ਰੀਲਿਮਿਨਰੀ ਉੱਤੇ ਦੱਸ ਦਿੱਤਾ ਕਿ ਸਾਰੇ ਜੇ ਐਂਡ ਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਇੱਥੇ ਇਹਨਾਂ ਦਾ ਕੋਈ ਆਰਮੀ ਪੁਆਇੰਟ ਸੀਗਾ ਸੋ ਉਹ ਕਿਉਂਕਿ ਇੱਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਤੋਂ ਅੱਗੇ ਇੰਨੀ ਗੱਲ ਹਾਲੇ ਸਾਹਮਣੇ ਆਈ ਹੈ ਬਾਕੀ ਸਾਰੀ ਰਾਜੇਸ਼ ਡੋਗਰੇ ਸਰ ਕਿੰਨੇ ਲੋਕ ਸਰ ਕਿੰਨੇ ਲੋਕ ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਰ ਦਿਖਦੇ ਨੇ ਕਿਉਂਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਹਾਂ ਔਰ ਜਿਹੜਾ ਇਹ ਮਰਨ ਵਾਲਾ ਇਹ ਤਿੰਨ ਜਣੇ ਸੀਗੇ ਜਿਹਦੇ ਵਿੱਚੋਂ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਸਰ ਇਨਵੈਸਟੀਗੇਸ਼ਨ ਜੀ ਕੋਈ ਸਾਹਮਣੇ ਆਇਆ ਉਹਨਾਂ ਨੇ ਕੋਈ ਦੱਸਿਆ ਕੁਝ ਕਿ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਰਜਿਸਟਰ ਸੀਸੀਟੀਵੀ ਦੇ ਵਿੱਚ ਕੁਝ ਪਾ ਲੱਗਿਆ ਕਿ ਦਲੀ ਸਾਈਡ ਗਏ ਨੇ ਪਿਸਟਲ ਸੀਗੀ ਇਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਲਵਾਂਗੇ ਕਿ ਹੁਣ ਇੱਕ ਜਿਹੜਾ ਉਹਨਾਂ ਚੋਂ ਇੱਕ ਕੰਪਲੀਸ ਸੀਗਾ ਉਹ ਫੜ ਲਿਆ ਹੈਗਾ ਇਸ ਕਰਕੇ ਕਲੈਰਿਟੀ ਹੋ ਜਾਏਗੀ ਜੀ ਸਰ ਇਹਦੇ ਨਾਲ ਵੀ ਦੱਸੇ ਜਾ ਰਹੇ ਦੋ ਤਿੰਨ ਸਾਥੀ ਸੀਗੇ ਜੀ ਜਸਕਰਨ ਸਰ ਹਜੇ ਸੀਸੀਟੀਵੀ ਜਿਹੜੀ ਸੀਸੀਟੀਵੀ ਜਿਹੜੀ ਦੇਖ ਰਹੇ ਹੋ ਸੀਸੀਟੀਵੀ ਵਿੱਚ ਕਿੰਨੇ ਬੰਦੇ ਦਿਖ ਰਹੇ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਦੇਖੋ ਸੀਸੀਟੀਵੀ ਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਉਹਨਾਂ ਕੋਲ ਵੈਪਨ ਹੈ ਹੋ ਸਕਦਾ ਇੱਕ ਗੱਡੀ ਦੇ ਵਿੱਚ ਕੋਈ ਡਰਾਈਵਰ ਵੀ ਹੋਵੇ ਸੋ ਚਾਰ ਤੋਂ ਪੰਜ ਜਿਹੜੇ ਸੀਗੇ ਇਹ ਬੰਦੇ ਸੀਗੇ ਔਰ ਜਿਨ੍ਹਾਂ ਦੇ ਉੱਤੇ ਜਿਹੜਾ ਮਰਨ ਵਾਲਾ ਹੈ ਉਹ ਤਿੰਨ ਜਣੇ ਸੀਗੇ ਉਹਨਾਂ ਚੋਂ ਹੋ ਸਕਦਾ ਹੈ ਇਹਨਾਂ ਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਉਹ ਵੀ ਉਹਨਾਂ ਨਾਲ ਐਸੋਸੀਏਟ ਹੋਵੇ ਇੱਕ ਨੂੰ ਫੜ ਲਿਆ ਇਹਨਾਂ ਦੇ ਵੱਲੋਂ ਜਾਂ ਕੁਝ ਅੱਗੇ ਰਿਟੈਲੀਏਟ ਕਰਨ ਦੀ ਬਤਾ ਰਹੇ ਤੇ ਜਸਕਰਨ ਕੇ ਸਾਥ ਕੋਈ ਸ਼ੱਕ ਸਾ ਉਸਕੇ ਬਾਰੇ ਮੈਂ ਬਤਾ ਰਹੇ ਸਰ ਉਸਕੋ ਉਹੀ ਮੈਂ ਕਹਿ ਰਿਹਾ ਜੀ ਜਿਹੜਾ ਤਿੰਨ ਜਣੇ ਸੀਗੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਭੱਜ ਲਿਆ ਸੀਗਾ ਹੋ ਸਕਦਾ ਵੀ ਉਹਨਾਂ ਦਾ ਅਕੰਪਲਿਸ ਹੋਵੇ ਔਰ ਇੱਕ ਜਿਹਨੂੰ ਅਸੀਂ ਫੜ ਲਿਆ ਹੈਗਾ ਇਹ ਤਾਂ ਉਹ ਵੀ ਗੈਂਗਸਟਰ ਹੈ ਉਹਦੇ ਖਿਲਾਫ 8 ਮੁਕਦਮੇ ਹੈ ਔਰ 8 ਮੁਕਦਮੇ ਉਹ ਕ੍ਰਿਮੀਨਲ ਹੈ ਸੋ ਇਹਨਾਂ ਦਾ ਸਾਰਿਆਂ ਦਾ ਇੱਕ ਤਰ੍ਹਾਂ ਦੀ ਇਹ ਗੈਂਗ ਵਾਰ ਸੀਗੀ ਗੈਂਗ ਜਿਹੜੀ ਰਿਟੈਲੀਏਸ਼ਨ ਸੀ ਜੀ ਭਾਈ ਬਿਲੋਂਗ ਜੰਮੂ ਕਰਦੇ ਨੇ ਔਰ ਇਹਦਾ ਕਿਉਂਕਿ ਵਿਅਕਤੀ ਫੜਿਆ ਗਿਆ ਹੈ ਔਰ ਉਹਨਾਂ ਦੀ ਬਾਕੀ
ਗੱਡੀ ਵੀ ਫੜੀ ਗਈ ਹੈਗੀ ਹੈ, ਮੋਬਾਈਲਸ ਵੀ ਆ ਗਏ ਹੈ, ਆਈ ਡੀ ਵੀ ਹੈਗੀ ਹੈ। ਸੋ ਇਹ ਟੋਟਲ ਜਿਹੜੀ ਇਨਵੈਸਟੀਗੇਸ਼ਨ ਜਿਹੜਾ ਸਰ ਜਿਹੜਾ ਬੰਦਾ ਫੜਿਆ ਉਹਦਾ ਨਾਂ ਕੀ ਹੈ, ਉਹਦੀ ਵੀ ਕੋਈ ਹਿਸਟਰੀ ਹੈ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ? ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੁਝ ਲੱਗ ਰਿਹਾ, ਪਤਾ ਕਿ ਰੈਕੀ ਚੱਲ ਰਹੀ ਸੀ ਜਾਂ ਰੈਕੀ ਕਰ ਰਹੇ ਸੀਗੇ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਤਿੰਨ ਜਿਹੜੇ ਆਏ ਸੀਗੇ ਉਹ ਬਿਲਕੁਲ ਬਾਹਰ ਰੋਡ ਹੈ ਔਰ ਆਵਾਜਾਈ ਦੇਖੋ ਤੁਸੀਂ ਕਿੰਨੀ ਭੀੜ ਹੈ, ਕਿੰਨੀ ਭੀੜ ਭੜ ਹੈ, ਯਾਨੀ ਕਹਿ ਸਕਦੇ ਹਾਂ ਕਿ ਰੈਕੀ ਚੱਲ ਰਹੀ ਸੀ ਉਹਨਾਂ ਦੀ। ਨੈਚੁਰਲੀ ਇਹਨਾਂ 'ਚੋਂ ਹੋ ਸਕਦਾ ਕੋਈ ਇੱਕ ਬੰਦਾ ਜਿਹੜਾ ਜਿਹੜੇ ਤਿੰਨ ਜਿਹੜੇ ਸੀ ਉਹਨਾਂ 'ਚੋਂ ਇੱਕ ਬੰਦਾ ਉਹਨਾਂ ਨਾਲ ਸੀ, ਫਿਰ ਮਾਈਕ ਅੱਡੇ ਪਹੁੰਚ ਕੇ ਉਸਦੇ ਨਹੀਂ ਕਿਉਂਕਿ ਮੋਬਾਈਲ 'ਤੇ ਗੱਲ ਕਰ ਰਿਹਾ ਸੀਗਾ ਜਿਹੜਾ ਕਿ ਬਾਅਦ 'ਚ ਭੱਜ ਗਿਆ, ਉਹਦੀ ਵੀ ਸਾਨੂੰ ਆਈ ਡੀ ਵਗੈਰਾ ਉਹਦੇ ਫੋਨ ਨੰਬਰ ਵਗੈਰਾ ਟ੍ਰੇਸ ਹੋ ਗਿਆ। ਸੋ ਹੁਣ ਟੈਕਨੀਕਲ ਪਲੱਸ ਸਾਡੇ ਕੋਲ ਕਿਉਂਕਿ ਇੱਕ ਬੰਦਾ ਅਰੈਸਟ ਹੋ ਚੁੱਕਾ ਹੈ, ਉਹਨਾਂ ਦਾ ਕੰਪਲੇਂਟ ਜਿਹੜਾ ਹੈਗਾ ਉਹਦੇ ਤੋਂ ਇਹ ਸਾਰੀ ਜਿਹੜੀ ਹੈ ਵਾਰਨਿੰਗ ਕਲੀਅਰ ਹੋ ਜਾਏ। ਠੀਕ ਹੈ, ਠੀਕ ਹੈ।